ਸਾਡੇ ਜਿਹੜੇ ਬਜ਼ੁਰਗ ਨੇ ਨਾ ਜਿੰਨੇ ਵੀ ਘਰਾਂ ਵਿੱਚ ਉਹਨਾਂ ਕੋਲ ਵਿਆਹ ਕਰੋ, ਮੋਬਾਈਲ ਵੀ ਲਓ ਮਹਿੰਗੇ ਮਹਿੰਗੇ ਚਲਾਓ ਜਿੰਨੇ ਮਰਜ਼ੀ, ਉਹਨਾਂ ਕੋਲ ਬਹਿ ਕੇ ਇਹ ਪੁੱਛਿਆ ਕਰੋ ਵੀ ਅਸੀਂ ਮਹਾਰਾਜ ਕਿਲੇ ਵਾਲਿਆਂ ਨੂੰ ਮਿਲੇ ਕਿੱਦਾਂ, ਸਾਨੂੰ ਕਿੱਦਾਂ ਦਰਸ਼ਨ ਹੋਏ। ਉਹ ਫਿਰ ਵਚਨ ਸੁਣ ਕੇ ਤੇ ਆਪਣੇ ਕੋਲ ਬੱਚਿਆਂ ਨੂੰ ਵੀ ਸੁਣਾਇਆ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੈ ਬਈ। ਤੁਸੀਂ ਤੇ ਜੜ ਨਾਲ ਜਿਹੜਾ ਦਰਖਤ ਜੁੜਿਆ ਰਹਿੰਦਾ ਨਾ, ਉਹ ਕਦੀ ਸੁੱਕਦਾ ਨਹੀਂ, ਹਰਿਆ ਹੀ ਰਹਿੰਦਾ। ਹੋਰ ਜਿੱਥੇ ਇੰਨੇ ਕੰਮ ਅਸੀਂ ਕਰਦੇ ਨਾ, ਸਾਨੂੰ ਬੜਾ ਫਿਕਰ ਵਿਹਾਰਾਂ ਦਾ, ਕੰਮਾਂ ਕਾਰਾਂ ਦਾ। ਇਹ ਚੀਜ਼ ਇਹ ਵੀ ਆਪਣੇ ਚੀਜ਼ ਇੱਕ ਸੰਭਾਲਣ ਵਾਲੀ ਬੜੀ ਵੱਡੀ ਜਾਇਦਾਦ ਆ। ਸਾਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਸਾਡੇ ਵੱਡਿਆਂ ਨੂੰ ਮਹਾਰਾਜ ਕਿੱਦਾਂ ਦਰਸ਼ਨ ਦਿੱਤੇ ਇਕਲੇ ਵਾਲੇ। ਜਦੋਂ ਸੰਤ ਚਰਨ ਸੰਗੂਰੀ ਸੁਣਾਉਂਦੇ ਨਾ, ਸਾਡੇ ਪਿਤਾ ਜੀ ਨੂੰ ਮਹਾਰਾਜ ਨੇ ਆਹ ਭਜਨ ਕੀਤਾ, ਸਾਡੇ ਪਿਤਾ ਜੀ ਨਾਲ ਆਹ ਖੇਡ ਵਰਤੀ। ਸੰਤ ਵਿਸ਼ੇਸ਼ਰ ਸੰਗੂਰੀ ਸੁਣਾਉਂਦੇ ਨੇ ਆਪਣੇ ਪਿਤਾ ਜੀ ਦੇ ਭਜਨ, ਸੰਤ ਭਗਵਾਨ ਜੀ ਉਹਨਾਂ ਦੇ ਵੈਦ ਹੋਣ ਦੇ। ਜਿੱਦਾਂ ਬਾਕੀ ਪਰਿਵਾਰ ਨੇ ਸਾਰੇ ਹਰਜੀ ਵੀ ਸਾਹਮਣੇ ਬੈਠੇ, ਇਹਨਾਂ ਦੇ ਦਾਦਾ ਜੀ ਸੰਤ ਭਗਤ ਸਿੰਘ ਹੋਣੀ ਮਹਾਰਾਜ ਦੇ ਵਚਨਾਂ ਤੋਂ ਜਾਨਾਂ ਮਾਰਨਾ ਹੋਏ, ਉਹ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਮਹਾਰਾਜ ਜੀ ਕਹਿੰਦੇ ਮੈਂ ਆਪਣੀ ਸੰਗਤ ਦੇ ਵਿੱਚ ਹੀ ਜਿਹੜੇ ਜੀ ਲੈ ਕੇ ਆਉਂਦਾ ਉਹ ਨਵਾਂ ਨਹੀਂ ਆਉਂਦਾ, ਜਦੋਂ ਤੁਸੀਂ ਸੁਣਾਓਗੇ ਤੇ ਉਹਨਾਂ ਦੇ ਅੰਦਰੋਂ ਬੀਜ ਉਮਰੇਗਾ ਤੇ ਫਿਰ ਉਹ ਵਚਨ ਹੋਏਗਾ ਕਿਹੜਾ। ਘਰ ਘਰ ਵਿੱਚ ਗੂੰਜਾਂ ਪੈਣਗੀਆਂ, ਘਰ ਘਰ ਵਿੱਚ ਗੂੰਜਾਂ ਪੈਣਗੀਆਂ, ਘਰ ਵਿੱਚ ਗੂੰਜਾਂ ਪੈਣਗੀਆਂ, ਹਾਂਜੀ ਕਿਲੇ ਵਾਲੇ ਮਹਾਰਾਜ ਦੀਆਂ, ਘਰ ਘਰ ਵਿੱਚ ਗੂੰਜਾਂ ਪੈਣਗੀਆਂ, ਘਰ ਘਰ ਵਿੱਚ ਗੂੰਜਾਂ ਪੈਣਗੀਆਂ, ਕਿਲੇ ਵਾਲੇ ਮਹਾਰਾਜ ਦੀਆਂ, ਘਰ ਘਰ ਵਿੱਚ ਬਿਠਾਉਣ ਵਾਲਾ ਕਿਹੜੇ ਜਵਾਨ ਲੱਖਾਂ ਹੋਣ ਜਵਾਨਾਂ ਗੁਣ ਤੁਹਾਡੇ ਗਾਹ ਹੀ